ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਸਾਡੇ ਚੈਨਲ ਦੇ ਵਿੱਚ। ਹਾਂਜੀ ਦੋਸਤੋ, ਅੱਜ ਗੱਲ ਕਰਾਂਗੇ ਆਪਾਂ PSPCL ਦੇ ਵਿੱਚ ਜੋ ਕਲਰਕ ਦੀਆਂ ਵੈਕੈਂਸੀ ਭਰੀ ਸੀਗੀਆਂ, ਅਲੱਗ ਅਲੱਗ ਵੈਕੈਂਸੀਆਂ ਸੀ ਜੀ, ਉਹਨਾਂ ਦਾ ਕੀ ਹੁਣ ਐਗਜ਼ਾਮ ਡੇਟ ਆ ਚੁੱਕੀ ਹੈ। ਤੁਹਾਨੂੰ ਦੱਸਾਂਗਾ ਇਸ ਵੀਡੀਓ ਵਿੱਚ ਕਿ ਕਿੱਦਾਂ ਤੁਸੀਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋਗੇ ਪੂਰੀ ਵੀਡੀਓ ਦੇ ਵਿੱਚ, ਤਾਂ ਵੀਡੀਓ ਨੂੰ ਖੀਰ ਤੱਕ ਦੇਖੋ ਦੋਸਤੋ। ਤਾਂ ਸਭ ਤੋਂ ਪਹਿਲਾਂ ਤੁਸੀਂ ਸਾਡੀ ਵੈਬਸਾਈਟ 'ਤੇ ਆ ਜਾਣਾ ਜੀ, www.sarkaripost.com ਦੇ ਵਿੱਚ, ਅਤੇ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਉੱਥੇ ਕੀ ਆ PSPCL ਜੋ ਐਡਮਿਟ ਕਾਰਡ ਤੁਹਾਡੇ ਸਾਹਮਣੇ ਫਲੈਸ਼ ਹੋ ਰਹੇ ਨੇ, ਅਸੀਂ ਕਲਿੱਕ ਕਰ ਦੇਣਾ ਗਾ। ਇਸ ਤੋਂ ਬਾਅਦ ਇੱਕ ਨਵੀਂ ਵਿੰਡੋ ਓਪਨ ਹੋਊਗੀ ਜੀ, ਤੁਸੀਂ ਦੇਖ ਸਕਦੇ ਹੋਗੇ PSPCL ਦੇ ਜੋ ਵੈਕੈਂਸੀਆਂ ਨਿਕਲੀਆਂ ਸੀ ਜੀ, ਠੀਕ ਹੈ, ਉਸਦੀਆਂ ਕੀ ਆ ਤੁਸੀਂ ਡਿਟੇਲ ਚੈੱਕ ਕਰ ਸਕਦੇ ਹੋ ਕਿਹੜੀਆਂ ਪੋਸਟਾਂ ਕਿੰਨੀਆਂ ਸੀਗੀਆਂ, ਸਾਰੀ ਡਿਟੇਲ ਇੱਥੇ ਦੱਸੀ ਗਈ ਹੈ ਜੀ, ਠੀਕ ਹੈ। ਤਾਂ ਉਸ ਤੋਂ ਬਾਅਦ ਤੁਸੀਂ ਨੀਚੇ ਆਓਗੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋਗੇ ਐਡਮਿਟ ਕਾਰਡ ਦਾ ਇੱਕ ਲਿੰਕ ਪਾਇਆ ਹੋਇਆ, ਡਾਊਨਲੋਡ ਐਡਮਿਟ ਕਾਰਡ। ਤਾਂ ਤੁਸੀਂ ਇਸ ਲਿੰਕ 'ਤੇ ਜੀ ਕਲਿੱਕ ਕਰ ਦਿਓਗੇ। ਤਾਂ ਦੋਸਤੋ, ਅਸੀਂ ਕਲਿੱਕ ਕਰਨ ਦੇ ਬਾਵਜੂਦ ਤੁਹਾਡੇ ਸਾਹਮਣੇ ਇੱਕ ਨਵੀਂ ਵਿੰਡੋ ਓਪਨ ਹੋਊਗੀ, ਪੰਜਾਬ ਸਟੇਟ ਕਾਰਪੋਰੇਸ਼ਨ ਲਿਮਿਟਡ, ਇਹ ਵੈਬਸਾਈਟ ਹੈਗੀ। ਤਾਂ ਕੈਂਡੀਡੇਟ ਤੁਸੀਂ ਜਦੋਂ ਐਗਜ਼ਾਮ ਯਾਨੀ ਕਿ ਅਪਲਾਈ ਕੀਤਾ ਜੀ ਫਾਰਮ, ਤਾਂ ਉਸ ਸਮੇਂ ਤੁਹਾਨੂੰ ਇੱਕ ਐਪਲੀਕੇਸ਼ਨ ਆਈਡੀ ਅਤੇ ਪਾਸਵਰਡ ਮਿਲਿਆ ਸੀਗਾ। ਤਾਂ ਤੁਸੀਂ ਉਹ ਕੈਂਡੀਡੇਟ ਆਪਣਾ ਇੱਥੇ ਕੀ ਹੈ ਯੂਜ਼ਰ ਆਈਡੀ ਤੁਹਾਡੀ ਹੈਗੀ ਸੀ ਜੋ, ਅਤੇ ਪਾਸਵਰਡ ਇੱਥੇ ਫਿਲ ਕਰ ਦਿਓ ਯੂਜ਼ਰ ਆਈਡੀ ਅਤੇ ਪਾਸਵਰਡ, ਅਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਲੌਗਇਨ ਕਰਨਾ, ਠੀਕ ਹੈ। ਤਾਂ ਇਸ ਤੋਂ ਬਾਅਦ ਜੋ ਤੁਸੀਂ ਲੌਗਇਨ ਕਰੋਗੇ ਤੁਹਾਡੇ ਸਾਹਮਣੇ ਜੋ ਐਡਮਿਟ ਕਾਰਡ ਜੀ ਤੁਹਾਡੇ ਸਾਹਮਣੇ ਆਜੂ ਸਕਰੀਨ ਦੇ ਉੱਤੇ, ਤਾਂ ਤੁਸੀਂ ਉਸ ਨੂੰ ਡਾਊਨਲੋਡ ਕਰ ਸਕਦੇ ਹੋ, ਠੀਕ ਹੈ। ਇਸ ਤਰ੍ਹਾਂ ਤੁਸੀਂ ਆਪਣਾ ਜੋ ਐਡਮਿਟ ਕਾਰਡ ਹੈਗਾ ਦੇ ਸਕਦੇ ਹੋਗੇ, ਠੀਕ ਹੈ ਦੋਸਤੋ। ਤਾਂ ਥੈਂਕ ਯੂ ਜੀ ਦੋਸਤੋ ਸਾਡੇ ਨਾਲ ਜੁੜਨ ਲਈ, ਅਤੇ ਵੀਡੀਓ ਪਸੰਦ ਹੈ ਵੀਡੀਓ ਨੂੰ ਲਾਈਕ ਕਰ ਦਿਉ, ਸ਼ੇਅਰ ਕਰ ਦਿਉ, ਠੀਕ ਹੈ। ਕੋਈ ਸੁਝਾਅ ਥੋੜ੍ਹਾ ਹੋਵੇ ਤੁਹਾਡਾ ਤਾਂ ਨੀਚੇ ਕਮੈਂਟ ਸੈਕਸ਼ਨ ਜਾ ਕੇ ਕਮੈਂਟ ਕਰ ਸਕਦੇ ਹੋਗੇ। ਤਾਂ ਮਿਲਦੇ ਹਾਂ ਦੋਸਤੋ ਨੈਕਸਟ ਵੀਡੀਓ ਤੱਕ, ਤਬ ਤੱਕ ਗੁੱਡ ਬਾਏ।